ਭਾਜੀ ਛੱਤੀ ਲੋ ਰੁਕੋ ਨਹੀਂ ਰੁਕੋ ਬਾਬਾ ਨੇ ਫੜ ਲਿਆ ਇਹ ਮੁੰਡਾ ਮੁੰਡੇ ਦਾ ਫੋਨ ਸੈਮਸੰਗ ਵਾਲਾ ਗੁੰਮਿਆ ਜੀ ਸੈਮਸੰਗ ਵਾਲਾ ਸੈਮਸੰਗ ਹੈ ਐਸ ਕਹਿੰਦਾ ਚੋਬਰ ਸੁੱਤੇ ਹੋਏ ਨੇ ਸਿੱਧੀ ਲੜਾਈ ਏ ਵਾਹਿਗੁਰੂ ਤੇ ਆਪਣੀ ਹਾਲਤ ਏਡੀ ਬੁਰੀ ਹੋਈ ਪਈ ਨਾ ਇਹ ਵੀਰ ਨੇ ਨੀ ਖਾਣੀ ਚਿੱਲੀ ਸੋਸ ਹੈ ਚਿੱਲੀ ਸੋਸ ਟਮਾਟੋ ਕੈਚਪ ਹੈ ਉਹ ਯਾਰ ਉਹ ਬੂਟ ਐ ਹੁੰਦਾ ਨਾ ਉਹ ਐ ਕਰਕੇ ਐ ਅੜ ਜਾਂਦੇ ਪ੍ਰਭਾਤ ਫੇਰੀ ਤੇ ਜਾਣਾ ਉਹ ਚੱਲ ਐ ਕਰ ਆ ਵੀ ਗਈ ਤਾਂ ਹੀ ਗਿਆ ਸੀ ਲੰਗਰ ਸਵੇਰੇ ਘੱਟ ਖਾ ਗੋਬਿੰਦ ਘਾਟ ਤੋਂ ਉੱਪਰ 4 ਕਿਲੋਮੀਟਰ ਤੱਕ ਗੱਡੀ ਗੱਡੀ ਬਹੁਤ ਵਧੀਆ ਗੱਡੀ ਜਿੱਦਾਂ ਕਰਕੇ ਲੋ ਵੀ ਮੁੰਡਿਆਂ ਨੇ ਯਾਤਰਾ ਕਰਤੀ ਸਟਾਰਟ 4 ਕਿਲੋਮੀਟਰ ਹੋ ਗਈ ਸੀ ਤੇ ਅੱਗੋਂ ਬਾਕੀ ਹੁਣ ਵਿਊ ਚੈੱਕ ਕਰੋ ਬੋੜੀ ਸੰਗਤ ਜੀ ਜੈਕਟ ਲਾ ਲਈ ਗਰਮੀ ਹੋ ਗਈ ਵਾਹਿਗੁਰੂ 4 ਕਿਲੋਮੀਟਰ ਗੱਡੀ 'ਚੋਂ ਆਏ ਹਾਂ ਬਾਕੀ ਹਜੇ 300 ਕਿਲੋਮੀਟਰ ਤੁਰ ਲਿਆ ਆ ਥੱਕ ਗਏ ਚੋਬਰ ਵੈਸੇ ਹੁਣ ਕੰਮ ਹੀ ਲੋਟ ਹੋਣਾ ਆ ਇੱਥੋਂ ਆਹੋ ਘੋੜੇ ਵੀ ਮਿਲ ਜਾਂਦੇ ਆ ਰੱਬ ਗਈਆਂ ਆਈਆਂ ਵੀ ਵਾਹਿਗੁਰੂ ਕਿਲੋ ਕੁ ਮਿੰਟ ਆਏ ਹੋਣੇ ਜੀ ਤੇ ਕੰਮ ਔਖਾ ਗਿਆ ਥੱਕ ਗਏ ਸਭ ਸਹੀ 2 ਕਿਲੋਮੀਟਰ ਰਹਿ ਗਿਆ ਬਾਈ ਬਸ ਇਹੀ ਕਹਿ ਗਏ ਆਪਾਂ ਇੰਨਾ ਕੁ ਚੜ ਲਿਆ ਪਰ ਬਾਬੇ ਉਦਾਂ ਵਧੀਆ ਆ ਸਾਰਾ ਵਧੀਆ ਆ ਓਕੇ ਆ ਇੱਕ ਵਾਰੀ ਜ਼ਰੂਰ ਆਓ ਮਜ਼ਾ ਆਉਂਦਾ ਜੀ ਕਿਉਂ ਬਾਬਾ ਆਉਣਾ ਚਾਹੀਦਾ ਨਾ ਹੋਰ ਦੱਸ ਆਉਣਾ ਕੋਈ ਚਾਹੀਦਾ ਆਓ ਜੀ ਆਓ ਫੋਨ ਮੁਕਾ ਕੇ ਆਓ ਸਹੀ ਗੱਲ ਜੀ
ਇੱਦਾਂ ਆਵੇ ਨਾ ਚੜ੍ਹਾਈ ਫੇਰ ਸਹੀ ਚੜ੍ਹਾਈ ਚੜ੍ਹਾਈ ਉਤਰਾਈ ਸੇਮ ਹੀ ਜਾਂਦੀ ਆ ਫੇਰ ਹੋ ਜਾਈ ਘੋੜੇ ਤੇ ਰਾਜ ਰੋਕ ਕੇ ਪਾਣੀ ਲੱਗਾ ਉੱਥੋਂ ਪਾਣੀ ਬੋਤਲ ਭਰ ਲਈਏ ਅਤੇ ਫਿਰ ਆਪਣੀ ਯਾਤਰਾ ਅੱਗੇ ਦੀ ਕਰਦੇ ਹਾਂ ਮੁੱਕੇ ਆ ਕੰਮ ਮੁੱਕੇ ਪੂਰਾ ਗਰਮੀ ਲੱਗੇ ਲੱਗ ਗਈ ਹੁਣ ਉੱਧਰ ਠੰਡੀ ਹਵਾ ਪੂਰੀ ਤੁਰ ਤੁਰ ਕੇ ਗਰਮੀ ਲੱਗ ਗਈ ਤੁਰ ਤੁਰ ਕੇ ਵੀਰੋ ਤੁਰ ਤੁਰ ਕੇ ਕਾਲਾ ਸ਼ੇਰ ਨਾਲ ਭਾਜੀ ਛੇਤੀ ਲਓ ਰੁਕੋ ਨਹੀਂ ਆਜੋ ਲੋਕੇ ਆ ਵਿਆਹ ਹੁਣ ਵੈਦਰ ਗਰਮੀ ਹੋ ਗਈ ਹੈ ਟੂ ਮੱਚ ਸਵੇਰੇ ਹੀ ਠੰਡ ਗਰਮੀ ਮੈਂ ਕਲਾਲੀ ਆ ਹੁਣ ਅੱਗੇ ਜਾਣੇ ਆ ਆ ਹੁਣ ਉਤਰਾਈ ਜੀ ਆਈ ਮਾੜੀ ਹੁਣ ਥੋੜ੍ਹਾ ਜਿਹਾ ਸਕੂਨ ਮਿਲਿਆ ਓਏ ਹੋਏ 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 ਬਾਹਲੀ ਗਰਮੀ ਬਾਹਲੀ ਹੋਏ ਹੋਏ ਸੂਰਜ ਪੂਰਾ ਬਾੜੀ ਬਾੜੀ ਗਰਮੀ ਬਾੜੀ ਗਰਮੀ ਮੈਨੂੰ ਆਪ ਨਹੀਂ ਪਤਾ ਵੀਰ ਕਿੱਥੋਂ ਠੀਕ ਹੈ ਜੀ ਪਹਿਲੀ ਵਾਰੀ ਕਿਆ ਬਾਤ ਹੈ ਆਪਣਾ ਪਹਿਲੀ ਵਾਰੀ ਬਾਈ ਜੀ ਅੱਜ ਪਹਿਲੀ ਵਾਰੀ ਪਹਿਲੀ ਵਾਰੀ ਉੱਪਰ ਵਾਹਿਗੁਰੂ ਚਲੋ ਇੱਥੇ ਗਰਮੀ ਬੜੀ ਲੱਗਣੀ ਹੁਣ ਤੇ ਚਲੋ ਵਧੀਆ ਆ ਹੋਰ ਠੀਕ ਠਾਕ ਵਧੀਆ ਇਕੱਲੇ ਆਏ ਜੀ ਨਾ ਮੁੰਡੇ ਅੱਗੇ ਪਿੱਛੇ ਰਹਿ ਗਏ ਅੱਗੇ ਠੀਕ ਹੈ 6-7 ਅੱਗੇ ਨੇ ਠੀਕ ਹੈ ਜੀ ਵਧੀਆ ਵਧੀਆ ਅਜੇ ਤਾਂ ਬਾਬਾ ਦੂਰ ਆ ਹਨਾ ਵੀਰ ਸ਼ਾਮ ਦੇ 5 ਵਜੇ ਤੱਕ ਪਹੁੰਚਾਂਗੇ ਉਹ ਵਾਹਿਗੁਰੂ ਆਰਾਮ ਨਾਲ ਚੱਲੋ ਬਾ ਇਦਾਂ ਹੀ ਜਾਣਨੇ ਆਪਾਂ ਤੇ ਭੱਜਣ ਨਹੀਂ ਦੇ ਤੇ ਛੋੜ ਲੋਕੇਸ਼ਨਾਂ ਹੋਣੇ ਵੀਰ ਜੀ ਤੁਹਾਨੂੰ ਮੱਕੀ ਤਿੰਨ ਰਹਿ ਗਏ ਪੰਜ ਭੱਜ ਗਏ ਘੋੜ ਵਾਲਾ ਕੰਮ ਵੀ ਔਖਾ ਜੀ ਸਿੱਧੀ ਲੜਾਈ ਏ ਵਾਹਿਗੁਰੂ 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 ਇਹਨੇ ਇਹਨੇ ਕਦਮ ਇਹ ਮਸਾਂ ਹੀ ਕਿਲੋਮੀਟਰ ਆਏ ਹੋਣੇ ਆਪਾਂ ਬੁਰਾ ਹਾਲ ਹੋ ਗਿਆ ਵਾਹਿਗੁਰੂ ਚੱਲ ਚੱਲ ਵਾਹਿਗੁਰੂ ਓਹ ਵਾਹਿਗੁਰੂ ਥਕਾਵਟ ਵੀ ਹੋ ਗਈ ਹਜੇ ਆਪਾਂ ਕਿਲੋਮੀਟਰ ਆਏ ਹੋਣੇ ਡੇਢ ਨਹੀਂ ਡੇਢ ਕਿਲੋਮੀਟਰ ਹੋ ਗਿਆ ਕਿਲੋਮੀਟਰ ਤਾਂ ਪਹਿਲਾਂ ਹੋ ਗਿਆ ਸੀ ਡੇਢ ਕੁ ਕਿਲੋਮੀਟਰ ਹੋ ਗਿਆ ਨਾ ਇੱਕ ਨਾ ਨਾ ਉਹ ਵੀਰ ਆਪਣੇ ਸ਼ਰਧਾ ਹੀ ਪੀ ਰਹੇ ਨੇ ਪੂਰੇ ਜ਼ੋਰ ਸੁਣ ਲਓ ਜਾਂਦੇ ਵੀਰੇ ਛੋਲੇ ਖਾਂਦੇ ਜੀ ਆਪਾਂ ਕੁਛ ਨੀ ਬੁੱਗੇ
ਕਵੇ ਸ਼ੁਰੂ ਹੋਇਆ ਜੇ ਮਨ ਨਹੀਂ ਜਾਣੀ ਹੈਗਾ ਕੀ ਲੜਗਾ ਭੈਣ ਬ੍ਰੋ 2 ਕਿਲੋਮੀਟਰ ਯਾਰ ਨਹੀਂ ਆ ਚੁੱਕੇ ਨੇ ਇੱਕ ਵਾਰੀ ਛੋਲੇ ਖਾ ਲੈਂਦੇ 2 ਕਿਲੋਮੀਟਰ ਅੱਜ ਗਾਹ ਮਨ ਕੀ ਕਰਦਾ ਇਹ 13 ਰਹਿ ਗਿਆ ਸੀ ਅੰਮ੍ਰਿਤ ਸਾਹਿਬ ਕਿਉਂਕਿ 6 ਦੇ ਅੱਗੇ ਆ ਅਤੇ 7 ਰਹਿ ਗਿਆ 9 ਸੀ 2 ਆ ਗਏ ਆ ਬਸ ਹੁਣ ਇੱਦਾਂ ਹੀ ਬਾਬੇ ਦਾ ਨਾਂ ਲੈ ਕੇ ਵਾਹਿਗੁਰੂ ਕਰਦੇ ਯਾਤਰਾ ਨੂੰ ਬਾਬਾ ਸੌਲਾ ਕਰਨਾ ਅਤੇ ਤੁਹਾਨੂੰ ਦਰਸ਼ਨ ਕਰਾਉਣੇ ਆਪ ਹੀ ਮੇਲੇ ਕਰਨੇ ਵਾਹਿਗੁਰੂ ਚੜ੍ਹਾਈ ਵੇਖੋ ਯਾਰ ਸਿੱਧੀ ਵਾਹਿਗੁਰੂ ਕਰਦੇ ਕਾਫੀ ਕਰ ਲਈ ਆ 2.5-3 ਕਿਲੋਮੀਟਰ ਹੋ ਗਈ ਆ ਹੁਣ ਬਾਕੀ ਅੱਗੇ ਚੜ ਰਹੀ ਹੈ ਇੱਕ ਬੰਦਾ ਸਾਡਾ ਗਾਇਬ ਆ ਪਤਾ ਨਹੀਂ ਕਿੱਥੇ ਗਿਆ ਬਾਕੀ ਹੁਣ ਪਿੱਛੇ ਬਾਬਾ ਜੀ ਕੋਈ ਟੈਨਸ਼ਨ ਨਹੀਂ ਕੋਈ ਨਹੀਂ ਬਹੁਤ ਵਧੀਆ ਜੇ ਆਓ ਨਜ਼ਾਰੇ ਹੈਗੇ ਜੇ ਪੂਰੇ ਭੱਜੋ ਨਾ ਬਸ ਨੂੰ ਕੱਟ ਗਿਆ ਪੈਰਾਂ ਦੇ ਪਾਣੀ ਘੁੱਟ ਪੀ ਉਹ ਸਾਈਡ ਤੇ ਬਸ ਬਸ ਇਹ ਵਾਰ ਵਾਰ ਆ ਕੇ ਸਾਈਡ ਕਰ ਦੂੰਗੇ ਬਾਕੀ ਉਦਾਂ ਸਾਰਾ ਓਕੇ ਹੈਗਾ ਫਿਰ ਵਾਹਿਗੁਰੂ 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 ਵੀ ਪਰੌਂਠੇ ਤੇ ਮਹਿਗੀਆਂ ਮੰਗਾਲੀਆਂ ਆ ਟਮਾਟੋ ਕੈਚਪ ਹੈ ਸਰੀਰ ਠੰਡਾ ਪਈ ਜਾਂਦਾ ਵੀਰੋ ਛੇਤੀ ਛੇਤੀ ਮੈਗੀ ਖਾਓ ਚਲੋ ਲੋ ਵੀ ਮੈਗੀ ਪਰੌਂਠੇ ਖਾ ਗਏ ਤਾਂ ਯਾਰ ਨਹੀਂ ਫਿਰ ਨਿਕਲ ਗਏ ਅੱਗੇ ਦੀ ਯਾਤਰਾ ਬਈ ਸਫ਼ਰ ਕਰਨ ਅਤੇ ਬਸ ਹੁਣ 10 ਕੁ ਮਿੰਟ ਰੁਕੇ ਹਾਂ ਰੈਸਟ ਹੋ ਗਈ ਥੋੜ੍ਹੀ ਅੱਧਾ ਆ ਗਿਆ ਅੱਧਾ ਰਹਿ ਗਿਆ ਬਸ ਪਹੁੰਚ ਜਾਣਾ ਆਪਾਂ ਇੱਕ ਦੇੜੇ ਤੱਕ 10 ਵੱਜ ਗਏ ਅਤੇ 2 ਮਿੰਟ ਹੋਏ ਜੇ ਵੀਰੋ ਪਹੁੰਚ ਜਾਣਾ ਆਪਾਂ ਟਾਈਮ ਨਾਲ ਹੀ ਠੀਕ ਆ ਅਤੇ ਜੇ ਇੱਥੇ ਤੱਕ ਵੇਖ ਲਿਆ ਤਾਂ ਲਾਈਕ ਮੈਂ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਵੀ ਅੱਧ ਤੱਕ ਤਾਂ ਪਹੁੰਚ ਗਏ ਆ ਇੱਧਰੋਂ ਪਾਰ ਕਰਕੇ ਨਾ ਉਹ ਪੁੱਲ ਪੁਰਾਣਾ ਉੱਧਰੋਂ ਨਿਕਲ ਜਾਣਾ ਉੱਪਰਲਾ ਪੁੱਲ ਉਹ ਵਾ ਆ ਉਹ 5 ਕਿਲੋਮੀਟਰ ਇਹ 5 ਕਿਲੋਮੀਟਰ ਔਖੀ ਆ ਅਤੇ ਨਾਲੇ ਵੱਧ ਆ ਇਹ ਸਹੀ ਆ ਆਪਾਂ ਕਿ ਇੱਧਰੋਂ ਨਿਕਲੀਏ ਥੱਕ ਗਿਆ ਵਿਊ ਚੈੱਕ ਕਰੋ ਯਾਰ ਵਿਊ ਇਹ ਜੋ ਅੱਖਾਂ ਨਾਲ ਵੇਖਣ ਨੇ ਨਾ ਉਹ ਕੈਮਰਾ ਨਹੀਂ ਚੁੱਕ ਸਕਦਾ ਉਹ ਬਹੁਤ ਵਧੀਆ ਲੋ ਵੀ
ਮੁੰਡੇ ਦਾ ਫੋਨ ਸੈਮਸੰਗ ਵਾਲਾ ਘੁੰਮਿਆ ਜੀ ਸੈਮਸੰਗ ਵਾਲਾ ਐਸ ਕਹਿੰਦਾ ਐਸ 21 ਲਿਆਂਦਾ ਸੀ ਬਾਹਰੋਂ ਆਇਆ ਸੀ ਕੈਨੇਡਾ ਤੋਂ ਆਇਆ ਸੀ ਘੁੰਮ ਗਿਆ ਚਲੋ ਸ਼ਰਮਿੰਦਾ ਹੋ ਬੈਠਾ ਨਾਲ ਦੇ ਤਾਂ ਨਾਮ ਲੋਨ ਤੇ ਦਿਆ ਵਾ ਪਰ ਡਾਇਰੈਕਟ ਨਹੀਂ ਨਾ ਲੋਨ ਦਿਆ ਚੈੱਕ ਕਰੋ ਮੇਰੇ ਵੀਰੋ ਵਿਊ ਬਹੁਤ ਸੋਹਣਾ ਹੈ ਬੜਾ ਖਰਾਬ ਹੈ ਦੇ ਕਿਨਾਰੇ ਦੇ ਯਾਰ ਹੋਣੀ ਨਹੀਂ ਹਿੱਲ ਰਹੇ ਉਹ ਕਿੱਥੇ ਪਹੁੰਚ ਗਿਆ ਜੀ ਉਹ ਕੋਹ ਦੇ ਕੋਧਰ ਉਹ ਪਾਣੀ ਇਹ ਵੀਰ ਅੱਗੇ ਪਟਿਆਲੇ ਤੋਂ ਤਿੰਨੋ ਹੀ ਵੀਰ ਪਾਣੀ ਪੁਣੀ ਮੁੰਡੇ ਨਿਗੇ ਨੁਗੇ ਹੋਵੇ ਠੰਡੇ ਬਰਫ ਵਾਲੇ ਪਾਣੀ ਜਿਹੜੇ ਹੁਣ ਨਿਗੇ ਚਲੇ ਆ ਤੇ ਉੱਤੇ ਫਿਰ ਕਰਨ ਲੱਗੇ ਯਾਰਾਂ ਚਾਲੂ ਪਾਣੀ ਦਾ ਫਲੋ ਵਧੀ ਜਾਣ ਦਿਆ ਜੇ ਪਹਿਲਾਂ ਘੱਟ ਹੀ ਇਹਦੇ ਹੈ ਨਹੀਂ ਇਹ ਡਿੱਗਾ ਹੀ ਸਾਡਾ ਵੀਰੇ ਕਾਲ ਊਂ ਗੱਲ ਹੈ ਇੱਕ ਮੂੰਹ ਬੋ ਸਿਹਾਣਿਆਂ ਨੂੰ ਹਬਰ ਸਿਹਾਣਿਆਂ ਨੂੰ ਚਰਚਾ ਮੁੰਡੇ ਦਾ ਸ਼ਰੇਆਮ ਮਿਲੂਗਾ ਲੋ ਵੀ ਪੁੱਲ ਉੱਤੇ ਆ ਗਏ ਨੇ ਵੀਰੋ ਨਾਲੋ ਇੱਧਰ ਜਾਓ ਹੁਣ ਜਾਣਾ ਇੱਧਰ ਜਾਓ ਚੰਨ ਜਾਣਾ ਬਸ ਮਿਹਰਬਾਨੀ ਹੁਣੇ ਖਾਦੇ ਵੀਰੋ ਇੱਧਰ ਬੀਬੀਆਂ ਭਾਈਆਂ ਦੇ ਘੋੜੀ ਗਈ ਮੱਛਰ ਹੋਵੇ ਇਹ ਵੀ ਕੰਮ ਔਖਾ ਹੀ ਹੁੰਦਾ ਜੀ ਆਪਾਂ ਇਹ ਪੁਰਾਣੇ ਵਾਲੇ ਬੰਨੋ ਇਹ ਨਵੇਂ ਪੁੱਲ ਦੇ ਹੁਣ ਜਾਣਾ ਇੱਧਰ ਹੀ ਅਭੀ ਲੱਗੀ ਹੋਣੀ ਪਹਿਲਾਂ ਪਿੱਛੇ ਵੀ ਚੱਕ ਰਹੇ ਆ ਕਹਿ ਰਿਹਾ ਗਰਮੀ ਬੜੀ ਬਹੁਤ ਵੱਡੇ ਆ ਆਹ ਵੀ ਵੱਡ ਵੱਡ ਗਿਆ ਸੁੱਟੇ ਆ ਪਹਾੜ ਵੱਡ ਵੱਡ ਗਏ ਚਲੋ ਖਲੋਣਾ ਨਹੀਂ ਆਪਾਂ ਖਲੋ ਜੀ ਨਵਾਂ ਪੁੱਲ ਵੀ ਸਾਡਾ ਜੀ ਤਾਂ ਆਪਾਂ ਉੱਪਰ ਚਾੜਿਆ ਜੀ ਵੀਰੋ ਫਿਰ ਚੜਾਈ ਸਿੱਧੀ ਵਾਹਿਗੁਰੂ ਆਉਣ ਤੋਂ ਇੱਕ ਮਹੀਨਾ ਪਹਿਲਾਂ ਸੈਰ ਕਰਨੀ ਸ਼ੁਰੂ ਕਰ ਦਿਓ ਰਨਿੰਗ ਕਰਨੀ ਸ਼ੁਰੂ ਕਰ ਦਿਓ ਫਿਰ ਆ ਸਕਦੇ ਜੀ ਮੇਰੇ ਸਾਡੇ ਵਾਂਗ ਹੀ ਜੀ ਸਭ ਸਹੀ ਅੱਜ ਅਸਰ ਲੱਗੇ ਜੀ ਬਾਬਿਆਂ ਨੇ ਫੜ ਲਿਆ ਜੇ ਮੁੰਡਾ ਦਾਦਾ ਜੀ ਮੇਰੀਆਂ ਵੀਡੀਓ ਵੇਖਦੇ ਹੁੰਦੇ ਆ ਬੜਾ ਪਿਆਰ ਕਰਦੇ ਮੈਂ ਕਿਹਾ ਮੈਨੂੰ ਬੜਾ ਇੱਜ਼ਤ ਮਾਣ ਮਿਲਣ ਦਿਆ ਦੂਰ ਦੂਰ ਤੱਕ ਇੱਜ਼ਤ ਉਹਨੇ ਦੇ ਲੱਗੇ ਸੀ ਕਹਿੰਦੇ ਮੈਂ ਹਾਏ ਪਰਛਾਈ ਮਾਰਨਾ ਕਹਿੰਦੇ ਸਾਡਾ ਵੀ ਕੋਈ ਰੈਸਟੋਰੈਂਟ ਹੈਗਾ ਉਹਦੀ ਆ ਕੇ ਵੀਡੀਓ ਕਰਾਂ ਮੈਂ ਹਾਂਜੀ ਜ਼ਰੂਰ ਕਰਾਂਗੇ ਬਾਹਾਂ ਨੂੰ ਥੋੜੇ ਦਿਨ ਦਾ ਟਾਈਮ ਦਿਓ
ਵਾਹਿਗੁਰੂ 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 ਕਰਦੇ ਕਾਫੀ ਅੱਗੇ ਤੱਕ ਪਹੁੰਚ ਚੁੱਕੇ ਵੈਸੇ ਤੇ ਸਹੀ ਗੱਲ ਇਹ ਚੀਜ਼ ਤੋਂ ਹੁੰਦਿਆ ਕੋਈ ਖੜਜੇ ਹੋਈ ਆ ਦੋ ਢਾਈ ਕਿਲੋਮੀਟਰ ਦੀ ਹੈਗੀ ਆ ਖੜਜੇ ਹੋਈ ਆ ਹਾਏ ਆ ਸਾਰੀ ਇਹਦੇ ਸਟੈਪ ਹੀ ਹੁੰਦੇ ਨਾ ਇੱਕ ਪੂਰਾ ਪੰਨਾ ਜੋੜ ਦਵਾ ਦਿੰਦੇ ਆ ਵਾਹਿਗੁਰੂ ਸਾਰੇ ਦੂਰ ਦੂਰ ਹੋ ਗਏ ਧੋ ਗਈ ਮੈਂ ਹੌਲੀ ਹੌਲੀ ਆਉਂਦੇ ਬਹਿਣ ਬੜਾ ਦੀ ਆਪਾਂ ਸਟੈਪ ਹੀ ਕਹਿੰਦਾ ਵੀ ਛੋਟੇ ਹੀ ਕਰੀਦੇ ਛੋਟੇ ਛੋਟੇ ਐਡੇ ਐਡੇ ਕਮਾਨ ਨਾ ਜਾਈ ਜਾਂਦੇ ਬਾਕੀ ਮਜ਼ਾ ਬੜਾ ਏ ਸਾਰੇ ਜ਼ਰੂਰ ਆਓ ਯਾਰ ਬਹੁਤ ਮਜ਼ਾ ਹੈਗਾ ਸੱਚੀ ਓਹ ਵੈਦਰ ਵੀ ਹੋ ਗਿਆ ਹੁਣ ਥੋੜ੍ਹਾ ਜਿਹਾ ਠੰਡਾ ਜਿਹਾ ਧੁੱਪੇ ਗਰਮੀ ਆ ਵਾਹਿਗੁਰੂ ਆਹੋ ਚੜ੍ਹਾਈ ਫਿਰ ਉਤਰਾਈ ਜਦੋਂ ਇਹ ਆਉਂਦੀ ਨਾ ਫਿਰ ਸਕੂਨ ਜਿਹਾ ਆਉਂਦਾ ਜੀ ਵਾਹਿਗੁਰੂ ਮਜ਼ਾ ਆ ਗਿਆ ਜੀ ਵਾਹਿਗੁਰੂ ਵੇਖੋ ਕਿੱਡੇ ਬਜ਼ੁਰਗ ਬਜ਼ੁਰਗ ਆਖ ਭੱਜੀ ਜਾਂਦੇ ਕਿ ਨਹੀਂ ਕਿਰਪਾ ਆ ਸ਼ਾਇਦ ਲੱਗਾ ਸ਼ਾਇਦ ਚੜ੍ਹਾਈ ਮੁਕਦਿਆਂ ਮੋਦਿਆਂ ਦੇ ਅੱਗੇ ਪੌੜੀਆਂ ਚਾਲੂ ਹੋ ਗਈਆਂ ਜੀ ਵੀਰੋ ਇਹ ਕੰਮ ਤੇ ਪਹਿਲਾਂ ਹੀ ਨਹੀਂ ਰਾਸ ਹੁੰਦੇ ਚੜ੍ਹਾਈ ਵਾਲਾ ਹੋਰ ਔਖਾ ਹੋ ਗਿਆ ਜੀ ਮੈਂ ਕਹਿੰਦਾ ਤੁਹਾਨੂੰ ਆਹੋ ਐਵੇਂ 3,070 ਰੁਪਏ ਮਿਟੀ ਕਰੇਗਾ ਲੈ ਬਾਈ ਬਟਾਲੇ ਤੋਂ ਪੈਦਲ ਆਏ ਰਿਸ਼ੀਕੇਸ਼ ਕਿਆ ਬਾਤ ਇੱਧਰ ਸੇਨਾ ਆਪਣੀ ਬੈਠੀ ਹੈ ਐਪੀ ਪੀਂਦੀ ਹੈ ਬਗਾ ਤਾ ਕਿਆ ਬਾਤ ਹੈ ਬੜੀ ਉੱਤੇ ਆ ਗਈ ਯਾਰ ਹੋਰ ਅੱਗੇ ਚੜੀ ਜਾਣ ਵੇਖਲੋ ਤੇ ਆਪਣੀ ਹਾਲਤ ਏਡੀ ਬੁਰੀ ਹੋਈ ਪਈ ਨਾ ਓਏ ਹੋਏ ਪੁੱਛੋ ਪੁੱਛਣਾ ਤੇ ਵੇਖ ਲਓ ਇਹਨਾਂ ਦੀ ਉਮਰ ਤੇ ਸਾਡੀ ਉਮਰ 'ਚ ਫਰਕ ਵੀ ਬੜਾ ਜੀ ਹੋਏ ਕਿਰਪਾ ਬਸ ਬਾਬੇ ਹੋ ਵੀ ਵੇਖੋ ਕੈਮਰੇ ਨਹੀਂ ਉਹ ਚੀਜ਼ ਆਉਂਦੀ ਜਿਹੜੀ ਅੱਖਾਂ 'ਚ ਆਉਂਦੀ ਜੀ ਉਹ ਸਾਹਮਣੇ ਆਉਣਾ ਜੀ ਵਾਹਿਗੁਰੂ ਲੋ ਵੀ ਬਹਾ ਪਹੁੰਚ ਗਏ ਆ ਹੈਲੀਪੈਡ ਲਾਗੇ ਬਸ ਹੁਣ ਅੱਗੇ ਵੇਖਦੇ ਆ ਕਦਰੇ ਕਬੀਰ ਪਹੁੰਚ ਗਿਆ ਤੇ ਫੋਨ ਕਰੀ ਜਾਂਦਾ ਉਹਨੂੰ ਸਾਡੇ ਟਾਵਰ ਨਹੀਂ ਆਉਂਦੇ ਤੇ ਉਹ ਫੋਨ ਕਰੀ ਜਾਂਦਾ ਉਹਨੂੰ ਲੋ ਵੀ ਹੈਲੀਪੈਡ ਤੇ ਪਹੁੰਚ ਗਏ ਜੀ ਲਾਗੇ ਪੂਰਾ ਕੈਂਡ ਪੂਰਾ ਉਈ ਉਈ ਉਈ
ਕਰੀਏ ਤੂੰ ਨਾ ਚੱਲ ਜੀ ਇੱਧਰ ਹੁਣ ਪਹੁੰਚ ਹੀ ਗਏ ਥੋੜ੍ਹਾ ਜਿਹਾ ਲੱਗ ਹੀ ਆ 500 ਕੁ ਮੀਟਰ 'ਤੇ ਆਪਾਂ ਇੱਥੇ ਕਮਰਾ ਜਿਹਾ ਪੁੱਛ ਲਈਏ ਰੱਬੇ ਉਹ ਪਾਣੀ ਦਾ ਹੀ ਸਹਾਰਾ ਹੈ ਚਲੋ ਫਿਰ ਮੈਂ ਅੱਗੇ ਫ੍ਰੀ ਵਾਲਾ ਦੇਖੀਏ ਜਿਹੜਾ ਹੈਗਾ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਇਹ ਘੜਾ ਹੋਟਲ ਵੇਖੀ ਜਾਂਦਾ ਲੱਤਾਂ ਨੂੰ ਖੜੀਆਂ ਪੂਰੀਆਂ ਪੈਗੀਆਂ ਤੇ ਹੁਣ ਮਾਲਿਸ਼ ਕਰਾਉਣੀ ਹੈ ਬੜਾ ਬੁਰਾ ਹਾਲ ਜੇ ਯਾਰ ਬੜਾ ਕਿਸੇ ਨੇ ਰੋਟੀ ਨਹੀਂ ਖਾਧੀ ਜੀ ਕਿਸੇ ਨੇ ਵੀ ਨਹੀਂ ਖਾਧੀ ਕੱਲੇ ਯਾਰਾਂ ਖਾਧੀ ਭਾਈ ਇੱਥੇ ਕੋਲਡ ਡਰਿੰਕ ਮਹਿੰਗੀ 50 ਰੁਪਏ ਦੀ ਵੀਰ ਦੀ 20 ਵਾਲੀ ਆ ਵੀਰ ਦੀ 20 ਰੈਡ ਬੁਲ 250 ਜੀ ਰੈਡ ਬੁਲ 1 ਪੀਓ ਮੰਮਾ ਨਜ਼ਾਰੇ ਆਏ ਨੇ ਜੀ ਚੋਬਰ ਸੁੱਤੇ ਹੋਏ ਨੇ ਚੋਬਰ ਫੁੱਲ ਇੰਜੋਏ ਕਰਕੇ ਚੋਬਰ ਤੇ 2 ਚੋਬਰ ਥੱਲੇ ਜੀ ਇੱਕ ਜ਼ਮੀਨ ਤੋਂ ਗਿਰੀਆਂ ਇਕੱਠੀਆਂ ਕਰਦਾ ਹੈ ਯਾਰ ਉਹਨੇ ਟਾਈਮ ਨਾਲ ਰੈਡੀ ਹੋ ਛੇ ਸਰ ਸਹੀ ਵਧੀ ਆ ਬੜੀ ਔਖੀ ਬਣੀ ਹੈ ਪਰ ਸਹੀ ਨਹੀਂ ਲੱਗਣ ਦੀ ਮੈਨੂੰ ਆਪ ਨਹੀਂ ਲੱਗਣ ਦੀ ਬਾਜ ਲਈ ਹੈ ਪਰ ਤੂੰ ਪੱਗ ਬੰਨੀ ਆ ਕਿ ਪਰਨਾ ਪਰਨੇ ਨੂੰ ਟਾਈਮ ਲਾਉਣਾ ਪੱਗ ਨੂੰ ਪਾਏਗਾ ਛੇਤੀ ਪਾਓ ਫਿਰ ਬੈਗ ਪੈ ਗਿਆ ਆਪਣੇ